ਕਈ ਵਾਰੀ ਤੁਸੀਂ ਸੁਣਿਆ ਹੋਣਾ ਵੀ ਜੱਜ ਰਾਤ ਨੂੰ ਆਪਣੇ ਘਰ ਬੈਠਾ ਕੋਠੀ ਚ ਜਮਾਨਤ ਕਰ ਦਿੰਦਾ। ਸੁਣਿਆ ਕੋਰਟ ਸਵੇਰੇ ਲੱਗਣੀ ਹੁੰਦੀ ਹੈ, ਜੱਜ ਦੇ ਕੋਲ ਜਾ ਰਾਤ ਨੂੰ ਉੱਥੇ ਬੈਠਾ ਜਾਂ ਸਾਈਨ ਕਰ ਦਿੰਦਾ, ਜਮਾਨਤ ਹੋ ਗਈ ਜਾਂ ਕੋਈ ਫੈਸਲਾ ਹੋ ਕਰ ਦਿੰਦਾ। ਕਈ ਵਾਰੀ ਕੋਰਟ ਵਿੱਚ ਨਹੀਂ ਜਾਂਦਾ। ਇਹ ਜਿਹੜਾ ਪੰਥ ਹੈ ਨਾ, ਇਹ ਉਹ ਜੱਜ ਹੈ ਚੱਲਦਾ ਵੀ ਜੇ ਮੰਨ ਲਓ ਹੁਣ ਕੋਪਰੀਡੇ ਦੇ ਮੈਦਾਨ ਚ ਅਟੈਕ ਹੋ ਗਿਆ ਤੇ ਉੱਥੇ ਬਾਬਾ ਜੀ ਦੱਸਾ ਸਿੰਘ ਜੀ ਫੈਸਲਾ ਸੁਣਾਉਣ ਅਕਾਲ ਤਖ਼ਤ ਤੇ ਥੋੜਾ ਜਾਣਗੇ, ਉੱਥੇ ਹੀ ਡਿਸੀਜਨ ਲੈਣਾ, ਉੱਥੇ ਹੀ ਫੈਸਲਾ ਕਰਨਾ। ਤੇ ਮਹਾਂਪੁਰਸ਼ਾਂ ਨੇ ਬਾਬਾ ਦੱਸਾ ਸਿੰਘ ਜੀ ਨੇ ਉੱਥੇ ਹੀ ਵੱਡੇ ਘੱਲੂ ਘਰ ਸੁਣਾ ਤਾ ਖਾਲਸਾ ਜੀ ਦੜੋ ਬਣਾਉਂਦਾ ਨਹੀਂ ਨਾ ਤਗੜੇ ਹੋ। ਉਹ ਪੰਜਵਾਂ ਤੱਕ ਚੱਲਦੀ ਆ ਰਹੀ ਮਰਜ਼ਾਦਾ ਪੰਥ ਦੀ। ਅੱਜ ਵੀ ਆਪਾਂ ਇੱਕ ਦੋ ਗੱਲਾਂ ਜਿਹੜੀਆਂ ਮੈਂ ਦਾਸ ਨੇ ਦੇਖੀਆਂ ਮੇਰੇ ਨਾਲ, ਬਾਬਾ ਰਣਵੀਰ ਸਿੰਘ ਜੀ, ਕਰਤਾਰ ਸਿੰਘ ਜੀ, ਬਾਬਾ ਸ਼ਮਸ਼ੇਰ ਸਿੰਘ ਜੀ, ਭਾਈ ਗੁਰਸੇਵ ਸਿੰਘ, ਸਾਰੇ ਤੁਸੀਂ ਦੇਖਿਆ ਆਪਾਂ ਟਾਈਮ ਵੀ ਬਾਬੇ ਖੜਗ ਸਿੰਘ ਦੇ ਟਾਈਮ ਤੇ, ਬਾਬਾ ਸੁਰਜੀਤ ਸਿੰਘ ਦੇ ਟਾਈਮ ਤੇ ਦਲ ਨੇ ਤੁਰਨਾ, ਬਾਬਾ ਸੰਤਾ ਸਿੰਘ ਦੇ ਸਮੇਂ ਅਸੀਂ ਨਾਲ ਬੱਸ ਵਿੱਚ ਵੀ ਯਾਤਰਾ ਕੀਤੀ ਤੇ ਇੱਥੇ ਅੰਬਾਲੇ ਆਉਣਾ, ਉਹ ਚੀਜ਼ ਮੈਨੂੰ ਮਹਿਸੂਸ ਹੁੰਦੀ ਵੀ ਘਾਟ ਹੈ। ਮੰਜੀ ਸਾਹਿਬ ਇੱਕ ਰਾਤ ਘੱਟੋ ਘੱਟ ਜੇ ਦੋ ਰਾਤਾਂ ਰਹਿਣੀਆਂ, ਉਸ ਤੋਂ ਅਗਲਾ ਪੜਾਅ ਪਜੋਖਰਾ ਸਾਹਿਬ। ਯਾਨੀ ਜੇ ਮੰਨ ਲਓ ਇੱਕ ਪੜਾਅ ਤੋਂ ਝਾਲਾ ਮਾਰਿਆ ਤੇ ਰਸਤੇ 'ਚ ਜਿੰਨੇ ਵੀ ਇਤਿਹਾਸਿਕ ਗੁਰਦੁਆਰਾ ਉੱਥੇ ਮੱਥਾ ਜ਼ਰੂਰ ਟੇਕਣਾ, ਭਾਵੇਂ ਉਹ ਕਮੇਟੀ ਕੋਲ ਹੋਣ, ਭਾਵੇਂ ਕਿਸੇ ਸੰਤ ਮਹੰਤ ਕੋਲ ਹੋਣ, ਉਹ ਗੱਲ ਨਹੀਂ ਹੈ। ਉੱਥੇ ਗੁਰੂ ਸਾਹਿਬ ਦੇ ਚਰਨ ਪਏ ਨੇ, ਇਤਿਹਾਸਿਕ ਗੁਰਦੁਆਰਾ, ਉਹ ਸਾਡਾ ਦਰਸ਼ਨ ਸਥਾਨ ਹੈ। ਚਲਦੇ ਭੀਰ ਦਾ ਇਹ ਪਹਿਰਾ ਸੀਗਾ ਵੀ ਉਸ ਗੁਰਦੁਆਰੇ ਰਾਹ ਵਿੱਚ ਜਿਹੜਾ ਵੀ ਆ ਗਿਆ ਇਤਿਹਾਸਿਕ, ਉੱਥੇ ਜਾ ਕੇ ਬਾਬਾ ਜੀ ਨੇ ਜਦੋਂ ਅਸੀਂ ਵੇਖਿਆ ਪਹਿਲਾਂ ਤਾਂ ਕਹਿੰਦੇ ਵੀ ਰਾਤ ਰਹਿੰਦੇ ਸੀ ਹਰ ਬਾਬੇ ਚੇਤ ਸਿੰਘ ਹਰ ਪੁਰਾਣ ਦੇ ਰਾਤ ਰਹਿੰਦੇ। ਫਿਰ ਜਦੋਂ ਬਾਬਾ ਜੀ ਦਾ ਸਮਾਂ ਸੀ, ਬਾਬੇ ਸੰਤਾਂ ਦੇ ਮਹਾਂਪੁਰਸ਼ਾਂ ਦਾ, ਉਹਨਾਂ ਨੇ ਵੇਖਣਾ ਵੀ ਜਿਵੇਂ ਇਲਾਕੇ 'ਚ ਵੱਡਾ ਪੜਾਅ, ਉੱਥੇ ਤਾਂ ਪੜਾਅ ਕਰ ਲੈਣਾ ਦੰਦ, ਜਿੱਥੇ ਘੋੜੇ ਬੰਨਣ ਨੂੰ ਜਾਂ ਉੱਦਾਂ ਰਸਤਾ ਬਸਤਾ ਸਾਰਾ ਪਹਿਰਾ ਹੋ ਜਾਵੇ, ਉੱਥੇ ਤਾਂ ਪੜਾਅ ਵੱਡਾ ਕਰ ਲੈਣਾ। ਆਪ ਬਾਬਾ ਜੀ ਨੇ ਬੱਸ ਵਿੱਚ ਬਹਿ ਕੇ ਪੰਜ ਸੱਤ ਮੀਲ ਜਿੰਨੇ ਗੁਰਦੁਆਰੇ ਨਾਲ ਦੇ ਉਹਨਾਂ ਦੇ ਦਰਸ਼ਨ ਕਰਨ ਲਈ 50-100 ਸਿੰਘ ਉੱਥੇ ਵੀ ਜਾਣੇ, ਉੱਥੇ ਜਾ ਕੇ ਜਕਾਰੇ ਕੇ ਜਾਣੇ, ਮੱਥਾ ਟੇਕਣਾ, ਕੋਈ ਗੁਰਬਾਣੀ ਪੜ੍ਹਨੀ, ਕੋਈ ਦੇਗ ਰਗੜਾ ਕਰਨਾ, ਕੋਈ ਰਾਹ ਪ੍ਰਸ਼ਾਦ ਕਰਾਉਣੀ, ਇਹ ਮਰਜ਼ਾਦਾ ਸੀ ਆਪਣੀ। ਉਹਦੇ ਨਾਲ ਆਪਾਂ ਪਿੰਡ ਪਿੰਡ ਜਾਈਏ, ਅਮਰ ਸੰਚਾਰ ਕਰੀਏ, ਇਹ ਮਹਾਂਪੁਰਸ਼ਾਂ ਦੀ, ਬਾਬਾ ਜੇਤ ਸਿੰਘ ਜੀ ਦੀ, ਬਾਬਾ ਸਾਹਿਬ ਸਿੰਘ ਜੀ ਦੀ, ਜਾਂ ਵੱਡਿਆਂ ਤੋਂ ਚੱਲੀ ਆ ਰਹੀ ਜਿਹੜੀ ਪੰਥ ਦੀ ਮਰਜ਼ਾਦਾ, ਇਹ ਹੁਣ ਕਾਇਮ ਹੋਵੇਗੀ ਤਾਂ ਹੀ ਖਾਲਸਾ ਜੀ ਆਪਣਾ ਇਹਦੇ ਵਿੱਚ ਆਪਾਂ ਨੂੰ ਸਮਾਂ ਵੀ। ਹੁਣ ਜੇ ਆਪਾਂ ਮੇਰੇ ਵਰਗੇ ਸਾਰੇ ਏਸੀ ਰੂਮ 'ਚ, ਮੈਂ ਬਾਬੇ ਬਲਬੀਰ ਸਿੰਘ ਨੂੰ ਵੀ ਗਿਆ ਉੱਥੇ, ਮੈਂ ਕਿਹਾ ਬਾਬਾ ਜੀ ਜਥੇਦਾਰੀ ਕਰਨੀ, ਤੁਸੀਂ ਇੰਝ ਕਰੋ ਵੀ ਇੱਕ ਬੱਸ ਲੈ ਲਓ ਅਤੇ ਬੱਸ ਦੇ ਵਿੱਚ ਬਾਬੇ ਬਹਿ ਕੇ ਨਾਲ ਵੀ ਅਤੇ ਜਿੱਥੇ ਪੁਰਾਣ ਲੱਗਦਾ ਉੱਥੇ ਜਾ ਕੇ ਫਲ ਘਟਾ ਕੇ ਬੈਠੋ, ਖਾਲਸਾ ਜੁੜੇਗਾ। ਜਥੇਦਾਰ ਉੱਥੇ ਹੈ ਜੀ, ਸਵੇਰੇ 9 ਵਜੇ ਤੱਕ ਆਪਾਂ ਸੁੱਤੇ ਨਾ ਉੱਠੀਏ, ਜਥੇਦਾਰ ਹੋਵੇਗਾ, ਡਰ ਹੋਵੇਗਾ ਵੀ ਮਹਾਂਪੁਰਸ਼ ਬੈਠਾ, ਆਪਾਂ ਸਵੇਰੇ ਉੱਠ ਕੇ ਦਰਸ਼ਨ ਦੇਣੇ ਮਹਾਰਾਜ ਜੀ। ਬਾਬਾ ਸੁਰਜੀਤ ਸਿੰਘ ਜੀ ਅੰਮ੍ਰਿਤ ਵੇਲੇ 3 ਵਜੇ ਹਾਜ਼ਰ ਹੋ ਜਾਂਦੇ, ਬਾਬੇ ਸੰਤਾ ਸਿੰਘ 3 ਵਜੇ, ਬਾਬੇ ਖੜਗ ਸਿੰਘ ਜਾਗ ਮਹਾਰਾਜ ਜੀ 4 ਵਜੇ ਉੱਥੇ ਪਾਣੀ ਪਾਣੀ, ਉਹ ਚੀਜ਼ਾਂ ਜਿਹੜੀਆਂ ਜੇ ਕਰ ਲਓ ਤੇ ਪੰਥ ਦੀ ਚੜ੍ਹਦੀ ਕਰੋ, ਤੇ ਜੇ ਆਪਾਂ ਉਹ ਨਹੀਂ ਕੀਤੀਆਂ ਤੇ ਫਿਰ ਬਾਬੇ ਏਸੀ ਰੂਮ 'ਚ ਜਥੇਦਾਰੀ ਕਿਸੇ ਦੀ ਵੀ ਨਹੀਂ ਹੋਣੀ, ਆਪਸ 'ਚ ਨਹੀਂ ਪਾਏ। ਏਸੀ ਰੂਮ 'ਚ ਨਹੀਂ ਹੋਣੀ, ਇਹ ਤਾਂ ਸਾਨੂੰ ਬਾਹਰ ਨਿਕਲਣਾ ਪੈਣਾ, ਖਾਲਸਾ ਜੀ ਵਹੀਰ ਤੋਰੋ, ਪੰਥ ਤੋਰੋ ਸਾਰੇ ਰਲ ਕੇ। ਮੈਂ ਇਹੀ ਬੇਨਤੀ ਕਰਕੇ ਵੀ ਕਿਸ ਕਦੇ ਕਿਸੇ ਧੜੇ 'ਤੇ ਨਹੀਂ ਪੈਣਾ, ਉਹਨੂੰ ਵੀ ਕਿਹਾ ਵੀ ਮੈਂ ਧੜੇ ਬਾਜੀ 'ਚੋਂ ਬਾਹਰ ਹਾਂ, ਇੱਧਰ ਵੀ ਬੇਨਤੀ ਹੈ ਵੀ ਧੜੇ ਬਾਜੇ ਤੋਂ ਬਾਹਰ, ਧੜੇ ਬਾਜੀ ਛੱਡ ਕੇ ਪੰਥ ਦੀ ਗੱਲ ਕਰੋ, ਪੰਥ ਦੀ ਚੜ੍ਹਦੀ ਕਲਾ ਦੀ ਕੰਮ ਕਰੋ। ਇਹ ਜੋ ਵੀ ਸਮਾਂ ਆਇਆ ਇਹ ਨਿਕਲ ਜਾਏਗਾ, ਸਮਾਂ ਨਿਕਲ ਜਾਏਗਾ, ਯਾਦਾਂ ਰਹਿ ਜਾਣਗੀਆਂ ਕਿਹਨੇ ਕੀ ਕੀਤਾ ਸੀ, ਜਿਹੜਾ ਜੋ ਰੋਲ ਹੋਏਗਾ ਉਹ ਸਮੇਂ ਦੇ ਦੱਸ ਦੇਣਾ। ਸੋ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਮਹਾਂਪੁਰਸ਼ ਨੇ, ਉਹਨਾਂ ਨੇ ਬੜੇ ਪਿਆਰ ਨਾਲ ਹਲੀਮੀ ਨਾਲ ਪਹਿਰਾ ਚਲਾਇਆ ਹੋਇਆ। ਜਿਹੇ ਦਾ ਗਿਆਨੀ ਜੀ ਆਏ ਹੈ, ਸਤਿਕਾਰਯੋਗ ਗਿਆਨੀ ਸ਼ਮਸ਼ੇਰ ਸਿੰਘ ਜੀ ਗੋਹ ਵਾਲੇ, ਬਾਬਾ ਕੁਲਵੰਤ ਸਿੰਘ ਜੀ ਚਾਣਕੀਆ ਜੀ ਪੰਥ ਦੇ ਮੁਖਤਿਆਰੇ ਆਲਮ ਨੇ, ਇਸੇ ਤਰ੍ਹਾਂ ਬਾਬਾ ਬਲਵਿੰਦਰ ਸਿੰਘ ਜੀ ਸਵਾਲਾਬਾਦ ਤੋਂ ਦਰਪਤ, ਅਤੇ ਪੁਰਾਤਨ ਸਿੰਘ ਨੇ, ਬਾਬਾ ਗੁਰਸੇਵਕ ਸਿੰਘ ਜੀ, ਬਾਬਾ ਰਣਵੀਰ ਸਿੰਘ ਜੀ, ਬਾਬਾ ਕਰਤਾਰ ਸਿੰਘ ਜੀ, ਬਾਬਾ ਗੁਰਸੇਵਕ ਸਿੰਘ ਜੀ, ਫੌਜਾਂ ਸਾਡੀਆਂ ਸਾਰੀਆਂ, ਇਹ ਸਾਰੀ ਫੌਜ ਨੂੰ ਮਹਾਰਾਸ਼ਟਰ ਦੇ ਪਾਤਸ਼ਾਹ ਆਪਸ 'ਚ ਇੱਕ ਇਹ ਬੇਨਤੀ ਜਿਹੜੀ ਪੁਰਾਤਨ ਮਹਾਰਾਜ ਨੇ ਕਿਹਾ ਸੀ ਨਾ, ਪਤਾਸੇ ਪਾਏ ਸੀ ਮਾਤਾ ਨੇ, ਉਹ ਇਹੀ ਸੀ ਵੀ ਆਪਸ 'ਚ ਇਹਨਾਂ ਦਾ ਪ੍ਰੇਮ ਰਹੇਗਾ। ਪਤਾਸਿਆਂ ਦਾ ਮਤਲਬ ਇਹ ਸੀ ਵੀ ਪ੍ਰੇਮ ਰੱਖਣ, ਭਰਾਵਾਂ ਨਾਲ ਰਹਿਣ,